İlahi fakama falaktal bahar ale Musa ale salam ve nerede ve salo kanta zelle ala Muhammed تعریف کی تھی شاہ صاحب آتے روشنی کا پیام ہے سید مدینے والے سید روشنی کا پیغام کفر دا اندھیرا رسول پاک تشریف لے آئے اسلام دی روشنی پھیل گئی شاہ صاحب نے رباعی لکھی شاہ صاحب آدھائے روشنی کا پیام ہے سید لائے کے سر سلام ہے سید مدینے والے سید سلام کے قابل ہیں صلوات صلوات پڑھو جو اللہ 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 بچے کی حیات ہی کر پھر سنو شخص کا بات ہے روشنی کا پیام ہے سید لائے کے سر سلام ہے سمجھا رہے آپ شاہ صاحب آتائے ان کے چاروں امام ان جیسے میرے بہرہ تمام ہے سید نارا خوش نصیب ہے کہ سب بارہ امام ملے نے بارہ دے بارہ سید انہیں ایک بھی سید نہیں اور ساڑھے بارہ دے بارہ ہاتھ کھول کے نماز پڑھ دیں اور میرے بزرگاں نے امام کسی کوئی اتحاد اتحاد کوئی ہمیں کھول کے پڑھو گا تو بہرحال خوش نصیبی کہ سانو سید امام ملے ماشاءاللہ ایک سلوات پڑھو سید دی آؤ سلوات محب و ہوش میں آؤ علی علی کہہ کر سمجھدار حضرات تھوڑے ہو لیکن اچھے ٹھیک اچھے مجمع تھوڑا بھی ہوئے تھے بولنا لگا ہوئے سمجھو ہزارہ لبج میں تو سلوات پڑھو میں ربائی سنوا ہوں شاہ صاحب شاہ صاحب آتائے محب و ہوش میں آؤ علی علی کہہ کر تم اپنی بگڑی بناؤ علی
Şahsabat-ı Hüseyin biyat geçara o seroşen ile kar. Amal kera haskaca o veli. Veli gayka. Şahsabat-ı Nakhav kao kisi vakt bhi şerir o se. Yazidiyat ko hata o veli veli gayka. ਬਾਈ ਤੇ ਇੱਕ ਮਲੰਗ ਦੀ ਹੈ ਤੋਂ ਬੰਦਾ ਫਜ਼ਾਇਲ ਨਾਲ ਬੜਾ ਵਧੀ ਦਾ ਮਰ ਸੇ ਫਜ਼ਾਇਲ ਪੜ ਕੇ ਮੇਰੇ ਤੋਂ ਬਾਜੀ ਬਹੁਤ ਬ੍ਰਿਜਸ ਕੀ ਪੜਾ ਲੈ ਨੇ ਉਹ ਤਾਂ ਇੱਕ ਮਲੰਗਾਨਾ ਵਾਕਿਆ ਕਿ ਹਾਰੂਨ ਦੇ ਨਾਲ ਅਲੀ ਦਾ ਨਾਮ ਨਾ ਇੰਚਾਂ ਦੇ ਦੇ ਉਹ ਇੱਕ ਮੌਲਾਈ ਜਿਸ ਨੂੰ ਅਲੀ ਮਾਮ ਨਾਲ ਬੜਾ ਜ਼ਿਆਦਾ ਪਿਆਰ ਹੈ ਉਹ ਤੋਂ ਉੱਤੇ ਸਦਾ ਸੁਣਾ ਦੇ ਉਹ ਕਰਾ ਕੀਤੀ ਗਈ ਕਿ ਬੱਜੇ ਅਲੀ ਦਾ ਨਾਮ ਜਾਵੇ ਹੱਥ ਪੈਰ ਕੱਢੇ ਜਾ ਪਰਵਾਨਾ ਹੱਥ ਪੈਰ ਕਟਾਉਣ ਆ ਗਿਆ ਸਦਾ ਲਗਾ ਨਾਮੇ ਵਾਲੀ ਰੋਟੀ ਦੇਣ ਵਾਲਾ ਬਜ਼ੁਰਗ ਜਿਹਾ ਬੰਦਾ ਆਇਆ ਮੰਦਰ ਲੈ ਗਿਆ ਨੌਕਰ ਮਾਤਾ ਵੀ ਤਲਵਾਰ ਲਿਆ ਤੇ ਨਾਲੇ ਮੌਲਾ ਜੀ ਪੁੱਛਦਾ ਵੀ ਤੂੰ ਅਲੀ ਦਾ ਪਰਵਾਨਾ ਹੈ ਲਹਿਰੇ ਮੈਂ ਮੰਗੇ ਜੀ ਅਲੀ ਦੇ ਨਾਂ ਤੇ ਤੇਰੇ ਪਿਓ ਦਾ ਪਰਵਾਨਾ ਤੇ ਵਾਹ ਵਾਹ ਮੈਂ ਪੀਲੇ ਅਲੀ ਤੂੰ ਮੰਗਿਆ ਨਾ ਜਾ ਕੇ ਉਸਾ ਕਿ ਫਿਰ ਸਦਾ ਦਾ ਪਤਾ ਹੀ ਮੰਗਿਆ ਕਰ ਮਾਰਾ ਜਾ ਦੇਣ ਪਾ ਤਲਵਾਰ ਆ ਗਈ ਉਹ ਤੇ ਪਤਾ ਹੀ ਤਾਂ ਹੱਥ ਲੰਬੇ ਕਰ ਹੱਥ ਲੰਬੇ ਨਹੀਂ ਤੇ ਕਟੀ ਗਿਆ ਇਨਸਾਨ ਨਜ਼ਰ ਫਿੱਤਰ ਹੈ ਫਿੱਤਰ ਦੇ ਕੇ ਤਕਲੀਫ ਹੋਵੇ ਤਾਂ ਬੰਦਾ ਤੜਫਦਾ ਥੋੜਾ ਤੜਫਾ ਤੂੰ ਹੁਣ ਵੀ ਡੈਡੀ ਦੇ ਪਿਆਰ ਤੋਂ ਇਨਕਾਰ ਕਰਦੇ ਮੈਂ ਤੇਰਾ ਇਲਾਜ ਕਰਦਾ ਤੂੰ ਠੀਕ ਹੋ ਜਾ ਮੈਂ ਤੈਨੂੰ ਪੈਸੇ ਕਾਰੋਬਾਰ ਵਾਸਤੇ ਦੇ ਦਿੰਦਾ ਛੋੜੀ ਦਾ ਪਿਆਰ ਮੈਨੂੰ ਤੂੰ ਤਾਂ ਮੇਰੇ ਸਿਰ ਹੱਥ ਕੱਟੇ ਨੇ ਮੇਰਾ ਤਾਂ ਦਿਲ ਪਿਆ ਤੂੰ ਮੇਰੇ ਟੁਕੜੇ ਟੁਕੜੇ ਕਰਦਾ ਟੁਕੜੇ ਟੁਕੜੇ ਕਰਕੇ ਅੱਗ ਹੀ ਸੱਠ ਲੱਖ ਬਣ ਜਾਏ ਤੇ ਮੇਰਾ ਤਾਂ ਦਾਵਾ ਹੈ ਔਰ ਇਮਾਨ ਹੈ ਕਿ ਮੈਂ ਤੂੰ ਉਹ ਦਰਿਆ ਚ ਲਹਿਰਾਂ ਚ ਸੱਟ ਦੇ ਉਸ ਲਹਿਰਾਂ ਚ ਨਿਕਲ ਰਿਹਾ ਜ਼ਰੇ ਦਰੇ ਵੀ ਝੂਠੀ ਅਲੀ ਅਲੀ ਦੇ ਆਵਾ ਵਾਹ 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 ਹਕੀਕਤ ਇਸ ਬਿਲਕੁਲ ਹੈ ਗੁਰਸਤਾਨੀ ਸੜੀ ਗਿਆ ਅਲੀ ਇਮਾਮ ਮੈਂ ਛੋੜਾਂ ਲੰਬੇ ਲੰਬੇ ਨੂੰ ਅਲੀ ਇਮਾਮ ਖਿਦਰ ਰਹਿਮਤ ਨੂੰ ਭੇਜਾ ਇਸ ਬਿਆਦਮ ਦੱਸ ਕੇ ਇਸ ਬਿਆਦਮ ਪੜਾ ਮੌਲਾ ਠੀਕ ਹੋ ਗਿਆ ਪਰਵਾਨਾ ਮੌਲਾ ਦਾ ਸ਼ੁਕਰੀਆ ਅਦਾ ਕੀਤਾ ਕਿ ਬੜੀ ਮਿਹਰਬਾਨੀ ਮੈਂ ਮੁਰਦੇ ਨੂੰ ਤੁਸੀਂ ਦਿੱਤਾ ਮੇਰੀ ਕੋਈ ਮਿਹਰਬਾਨੀ ਨਹੀਂ ਤੇਰੇ ਪੀਰ ਮੈਨੂੰ ਭੇਜਿਆ ਪੀਰ ਅਲੀ ਇਸ ਬਿਆਦਮ ਦੱਸਿਆ ਹੈ ਮੈਂ ਬੜਾ ਦੁਖੀ ਹੋ ਗਿਆ ਤੇ ਪੀਰ ਤੋਂ ਪੈਗਾਮ ਸੁਣ ਇੱਕ ਤਾਂ ਪੀਰ ਪਹਿਲੇ ਸਲਾਮ ਦੇ ਦਾ ਵੀ ਫਿਰ ਅਦਾ ਵੀ ਕੱਲ੍ਹ ਉਸੇ ਦਰਵਾਜ਼ੇ ਤੇ ਫਿਰ ਅਲੀ ਅਲੀ ਦੇ ਨਾਲ ਕਮਰੇ ਚ ਲੈ ਗਿਆ ਖਾਣੇ ਆ ਗਏ ਮੈਂ ਸੋਚਿਆ ਬਈ ਇੱਕ ਦਿਨ ਭੁੱਖਾ ਮਾਰਦੇ ਨੇ ਇੱਕ ਅੱਜ ਰਾਜ ਕੇ ਮਰਨ ਦਿੰਦੇ ਨੇ ਚਲੋ ਅਲੀ ਅਲੀ ਮੂਲੀਆਂ ਦਾ ਮਾਲ ਰਗੜਨਾ ਫਿੱਟ ਹੋ ਕੇ ਖਾਣਾ ਪਰਵਾ ਫਿੱਟ ਹੋਇਆ ਮੈਨੂੰ ਲੱਗਾ ਫਿੱਟ ਹੈ ਨਾਲ ਜੋੜ ਲਿਆ ਨਾਲ ਖਲੇ ਦਰਵਾਜ਼ਾ ਖੋਲ੍ਹਾ ਮੇਰੀ ਦੇ ਕਮਰਾ ਕਮਰੇ ਦਾ ਦਰਵਾਜ਼ਾ ਖੋਲ੍ਹਾ ਤਾਂ ਤੂੰ ਮਾਰਾ ਉਸ ਮੌਲਾ ਜੀ ਬੜਾ ਸਾਰਾ ਵਿੱਚ ਬੰਦਾ ਮੌਲਾ ਜੀ ਤੇ ਹੱਥ ਕਰਕੇ ਗੁਰਸਤਾਨ ਹੀ ਅੱਜ ਉਹਨੇ ਨੂੰ ਕੁੜਾ ਕੇ ਵਿੱਚ ਤੇ ਅਲੀ ਮੌਲਾ ਵਿੱਚ ਤੇ ਪੇਟ ਚੂ ਬਦਲ ਰਹੀ ਸੀ ਖੜੋ ਕੇ ਨਗਮ ਦੇ ਪਾਸੇ ਮੁੱਕ ਕਰ ਗਿਆ ਤਾਂ ਜੋੜੀ ਦੀ ਵੀ ਬਗਦਾਦ ਦਾ ਮਕਾ ਜ਼ਰਦ ਲਪਾਇਆ ਕਈ ਵਾਰ ਗੱਲ ਖੀਰ ਨੂੰ ਦੁੱਧ ਦੇ ਮੈਂ ਤੈਨੂੰ ਕੀ ਆਖਿਆ ਬੋਲਾਈ ਦੇ ਕਹਿ ਰਿਹਾ ਅਗਰ ਤੂੰ ਜੀ ਆਏ ਵਿੱਚ ਦੇ ਕੋਲ ਰਹਿ ਮੈਂ ਕੁਝ ਨਹੀਂ ਕਰ ਰਿਹਾ ਲਗਾ ਉਹ ਮੇਰੇ ਮੇਰੇ ਦਰ ਨੇ ਦੱਸ ਰਿਹਾ ਨਾ ਕੱਲ ਜਿਹੜੇ ਸ਼ਖਸ ਤੇਰੇ ਹੱਥ ਪੈਰ ਕਰਦੇ ਹਨ ਮੇਰਾ ਅੱਬਾ ਸ਼ਰੀਫ ਆਈ ਤੇਰੇ ਪੀਰ ਦਾ ਕਹਰ ਨਾਲ ਲੋਕ ਕਿਸੇ ਵਿੱਚ ਬਣਦਾ ਭਾਈ ਜਾਨ ਅਲੀ ਦੀ ਦੁਸ਼ਮਣੀ ਦੀ ਸਜ਼ਾ ਬਹੁਤ ਔਖੀ ਹੈ ਵਿੱਚ ਬਣਨਾ ਪਊਗਾ ਮਾਸ਼ਾਅੱਲਾ ਵਿੱਚ ਬਣ ਕੇ ਜਹੰਮ ਵਿੱਚ ਬਣਨਾ ਪਊਗਾ ਅਲੀ ਦੀ
ਬਹੁਤ ਜਿਹੜਾ ਹੈ ਨਹੀਂ ਦੀ ਅਦਾਵਤ ਜਿਹੜੀ ਹੈ ਬਹੁਤ ਮਹਿੰਗੀ ਪਰ ਹੋ ਜਾਂਦੀ ਮਤਲਬ ਨਾਰਾ ਮਾਰਾ ਮੋਲਾ ਹੈ ਉਹਨਾਂ ਕੋਲ ਫਟੀ ਇਹ ਆਦਤ ਤੇ ਚੰਦ ਘੰਟੇ ਨਾਰੇ ਮਾਰਨੇ ਮਤਲਬ ਕਿ ਸਾਰੇ ਮੋਲਾ ਜਿਆਦਾ ਤੇ ਸਾਡਾ ਤਾਂ ਬੜਾ ਲੰਬਾ ਚੌੜਾ ਪ੍ਰੋਗਰਾਮ ਹੈ ਮੋਲਾ ਮਾਰੇ ਤੁਸੀਂ ਸਭ ਆਪ ਪੜੋ ਮਨ ਮਨ ਦੇ ਜਵਾਬ ਸੁਣੋ ਤਲਵਾਰ ਉਮਰ ਨੇ
ਸਾਹਬ ਦੇ ਕਦਮਾਂ ਵਿੱਚ ਸੱਚੀਏ ਵੇ ਕਿ ਅਗਲਾ ਜ਼ਾਲਿਮ ਤੇਰਾ ਤਾਂ ਮੇਰੇ ਨਾਲ ਵਾਦਾ ਕਿ ਹੁਸੈਨ ਨਾਲ ਸੁਲਹ ਕਰਦਾ ਹੈ ਤੇਰੇ ਇਸਲਾਮ ਦੇ ਤੇ ਮੈਂ ਹੁਸੈਨ ਦੀ ਲਗਾਮ ਪਕੜੀ ਤੇਰੇ ਇਸਲਾਮ ਦੇ ਤੇ ਮੈਂ ਬਤੂਲ ਦੀਆਂ ਧੀਆਂ ਦੇ ਖੈਮੇ ਪਟਵਾਏ ਮੈਂ ਸੁਣਦਾ ਰਿਹਾ ਬਤੂਲ ਦੀਆਂ ਧੀਆਂ ਰੋਂਦੀਆਂ ਰਹੀਆਂ ਤੂੰ ਚੁੱਕੇ ਮੇਰੇ ਨਾਲ ਵਾਦਾ ਕੀਤਾ ਹੈ ਬਰਬਾਦ ਕਰਨ ਤੇ ਤੁਰ ਗਏ ਹੋ ਲਿਹਾਜ਼ਾ ਮੈਂ ਤੇਰੇ ਤੇ ਹੀ ਲਾਨਤ ਕਰਦਾ ਤੇਰੇ ਯਜ਼ੀਦ ਤੇ ਵੀ ਲਾਨਤ ਕਰਦਾ ਲਾਨਤ ਕਰ ਕਿਆ ਕਿ ਤਿੰਨੇ ਦੀ ਗੇਰ ਨਾਲ ਲੈ ਗਏ ਹੱਥਿਆ ਮਰੇ ਲੈ ਆਪਣੇ ਆਪ ਨੂੰ ਪਿਆਰ ਦੇ ਹੋਰ ਕਿਆ ਕੀ ਤੋਈ ਕਿਉਂ ਦੋਈ ਨਾ ਘਿੰਦਾ ਹੋਇਆ ਨਾ ਸਕੀ ਨਰ ਲਿਆ ਨਾ ਘਿੰਦਾ ਹੋਇਆ ਨਾ ਜ਼ੈਨਬ ਲਿਆ ਹੱਥ ਪਿਆ ਮਲੇ ਲੈ ਆਪਣੇ ਆਪ ਨੂੰ ਪਿਆਰ ਦਾ ਅਫਸੋਸ ਮਰੀ ਕਮ ਜ਼ਰਫੀ ਤੂੰ ਤੌਹੀਦ ਦੇ ਮੋਸਨ ਰੁਲੇ ਪਰ ਜ਼ੁਲਮ ਤੂੰ ਜ਼ਖਮੀ ਪਾਸੇ ਦੇ ਵੋ ਅੱਜ ਦਰਦ ਬਤੂਲ ਅਲਹਮਦੁਲਿਲਾ ਮੋਰਾ ਤੁਹਾਡੇ ਬੱਚੇ ਦੀ ਹਯਾਤੀ ਕਰ ਹਰ ਮਜਲਿਸ ਨੂੰ ਜ਼ਿੰਦਗੀ ਦੀ ਆਖਰੀ ਮਜਲਿਸ ਸਮਝਾ ਕਰ ਫਾਨੀ ਜਹਾਨ ਹੁਣ ਪਿਆਰ ਦਾ ਇਹ ਅਫਸੋਸ ਮਰੀ ਕਮ ਦਰਫੀ ਤੂੰ ਤੌਹੀਦ ਦੇ ਮੋਸਨ ਰੁਲ ਗਏ ਮੇਰੇ ਜ਼ੁਲਮ ਤੂੰ ਜ਼ਖਮੀ ਪਾਸੇ ਦੇ ਦਰਦ ਬਤੂਲ ਸਦਕੇ ਜ਼ਹਰਾ ਸਰ ਸਹਾਰਾ ਵਿੱਚ ਖੁੱਲ ਗਏ ਮੇਰੇ ਜੋਰ ਤੂੰ ਪਿਓ ਸੁਵਰਾ ਦੇਖੂ ਵੋ ਅੱਜ ਸ਼ਾਮੀ ਕੋਹਣ ਤੇ ਹਜ਼ਾਰ ਜਾਲ ਕੁਰਬਾਨ ਆਪਣੇ ਆਪ ਨੂੰ ਮਾਫੀਆ ਮੰਗ ਪਾਣੀ ਛੱਤ ਪਾਇਆ ਇਤਲਾ ਤਾਂ ਪੈਦਾ ਹੋਇਆ ਮੰਤਾ ਕੋਹਣ ਦੀਆਂ ਮੇਰੇ ਬੱਚੇ ਦੀਆਂ ਮਨੇ ਨਾ ਪਾਣੀ ਮੇਰੇ ਨੂੰ ਹੱਥ ਲੈ ਥਰ ਥਰ ਕੰਬਦਾ ਹੈਰਾਨ ਹੋ ਕੇ ਆਵਾਜ਼ ਕਰਕੇ ਮੈਂ ਕੌਣ ਮੇਰੇ ਮੇਰੇ ਨਾਲ ਬੋਲਣ ਵਾਲੀ ਲਹਿਰੇ ਚੁਆਲਾ ਦੇ ਹੋਰ ਕੌਣ ਹੋਏ ਲੋਹਾਂ ਜਿਹਦੀਆਂ ਧੀਆਂ ਰੋਂਦੀਆਂ ਬੈਠੀ ਉਜੜੀ ਬਤੂਲ ਸਰ ਝੁਕਾਇਆ ਮੈਂ ਵੱਡਾ ਗੁਨਾਹਗਾਰ ਤੇਰੇ ਬੱਚਿਆਂ ਦੀਆਂ ਲਗਾਮਾਂ ਮੈਂ ਪਕੜੀਆਂ ਤੇਰੀਆਂ ਧੀਆਂ ਨੂੰ ਮੈਂ ਰੁਆਇਆ ਸੈਨ ਮੇਰੇ ਨਾਲ ਪਈ ਬੁਲਣੀ ਲਿਪਾ ਘਰਾਣੇ ਜੋ ਆਵਾਜ਼ਾ ਹੁਣ ਤੈਨੂੰ ਬੁਲਾਤਾ ਮੈਂ ਤਾਂ ਤੈਨੂੰ ਕੰਨਾਂ ਦਾ ਬੱਚੜਾ ਬਣਾਈ ਵਰਦੀ ਹੈ ਪਾਲੀ ਵੇਖੀ ਬਾਬਾ ਇਹ ਦਰਵਾਜ਼ਾ ਬਣਾ ਲੈ ਪਾਲ ਆਵਾਜ਼ਾ ਹੁਣ ਮੈਂ ਤੈਨੂੰ ਲੈ ਦੇਣੀ ਆ ਹੁਸੈਨ ਨੂੰ ਟੋਲੋ ਹਨ ਮੈਨੂੰ ਸੈਨ ਮੇਰੇ ਇਨਕਾਰ ਤਾਂ ਕੋਈ ਨਹੀਂ ਲੈਕਚਰਾਂ ਤਾਂ ਜਾਵਾਂ ਲੇਕਿਨ ਜਿਹੜੀ ਦੀ ਮੈਂ ਹੁਸੈਨ ਦੀ ਲਗਾਮ ਪਕੜੀ ਹੈ ਉਸਦੇ ਹਾੜੇ ਦੇ ਰਾਹ ਦੀ ਦੇ ਚਿਹਰੇ ਤੇ ਸੁਰਖੀ ਆਈ ਮੈਂ ਉਹਨੇ ਕਿੱਥਾ
ਸਾਡਾ ਸਾਰ ਵਰਗਾ ਦਾ ਹੁਰ ਵਸ ਜੋ ਨਹੀਂ ਲੱਗਦਾ ਸਭ ਇਬਾਦਤ ਪਿਆ ਕਰਦਾ ਹੋਣਾ ਲਾਦੀ ਦਾ ਪਰ ਆਉਣਾ ਸਭ ਨੂੰ ਪਤਾ ਹੀ ਨਹੀਂ ਲੱਗਣਾ ਲਾਦੀ ਦੀ ਤਲਵਾਰ ਚੱਲ ਵੰਗਣੀ ਲਹਿਰਾਂ ਤਲਾ ਤਾਂ ਪੈਦਾ ਹੋਇਆ ਆਵਾਜ਼ ਹੁਣ ਘਬਰਾ ਉਹਨੂੰ ਤੂੰ ਮੈਨੂੰ ਮੈਂ ਆਪਣੇ ਖੈਮੇ ਤਲਵਾਰ ਚਾਵਣ ਵਾਸਤੇ ਆਏ ਨਾਲ ਚਾਰ ਸਾਲ ਦੀ ਧੀ ਦਾ ਖੈਮਾ ਬੱਚੀ ਦੀ ਕੂਕ ਆਈ ਪਿਆਰੀ ਸ਼ਹਿਰ ਅੰਦਰਾ ਵੀ ਕਿਆਰੇ ਕਿ ਚਾਰ ਸਾਲ ਦੀ ਬੱਚੀ ਕੂਕਾ ਮਾਰ ਕੇ ਪਈ ਆਉਂਦੀ ਅੱਜ ਮੇਰੀ ਬੱਚੀ ਰੋਂਦੀ ਕਿਉਂ ਹੈ ਆਲੇ ਬਾਬਾ ਜੇ ਨਾਰਾਜ਼ ਨਾ ਹੋਵੇ ਤਾਂ ਦੱਸੇ ਦੀ ਆਵਾਜ਼ ਹੈ ਦੱਸ ਬੱਚਾ ਆਵਾਜ਼ ਹੈ ਬਾਬਾ ਇਹ ਜਿਹੜਾ ਨਾ ਵੀ ਜਦੀ ਗੁਲੜੇ ਮੈਂ ਸਹੇਲੀਆਂ ਨੂੰ ਨਾਲ ਲਾ ਕੇ ਦਰਿਆ ਦੇ ਕਿਨਾਰੇ ਤੇ ਗਈ ਆ ਬਾਬਾ ਜਿਹੜੇ ਦਰਿਆ ਦੇ ਕਿਨਾਰੇ ਤੂੰ ਬੱਲੀ ਹੈ ਗਰੀਬਾਂ ਦੇ ਖੈਮੇ ਦੇ ਨਾਲੋਂ ਗੁਜ਼ਰੀ ਆ ਬਾਬਾ ਚਿੱਕਰਾਂ ਵਾਲੀ ਦਾਈ ਆਵਾਜ਼ ਕਰਕੇ ਅੱਗੇ ਬੱਚਿਓ ਤੁਹਾਡੇ ਜੂਹੁਰ ਦੀ ਧੀ ਕੌਣ ਬਾਬਾ ਮੈਂ ਵੱਧ ਕਿਆ ਖਰਮਾਇਆ ਮੇਰੇ ਮੂੰਹ ਚੁਰਕਿਆ ਦੀ ਬੱਚੜਾ ਮੇਰੇ ਨਾਲ ਆ ਤਨ ਵੱਡੀਆਂ ਇਸਤਾਂ ਵਾਲੀ ਜੈ ਨਬੀ ਵੀ ਪੈਸੇ ਦੇ ਮੰਦਿਰ ਗਈ ਆ ਅੱਛਾ ਉਹ ਬਾਬਾ ਵੱਡੀਆਂ ਇਸਤਾਂ ਵਾਲੀ ਸੈਨ ਮੇਰੇ ਮੂੰਹ ਚੁਮਾਇਆ ਦੀ ਹੁਣ ਫਿਰਾ ਦੀ ਧੀ ਖੈ ਗਈ ਸਾਰੀਆਂ ਬੀਬੀਆਂ ਮੇਰਾ ਮੂੰਹ ਚੁੰਮਾਏ ਉਹ ਬਾਬਾ ਵੱਡੀਆਂ ਇਸ ਕਲਾਰੀ ਸੈਨ ਮੇਰੇ ਗੱਲ ਚ ਬਹਾਂ ਪਾ ਕੇ ਮੈਨੂੰ ਆਪਣੇ ਖੈਮੇ ਚ ਗਿਣ ਗਈ ਹੈ ਉਹ ਬਾਬਾ ਉਸ ਕੋ ਇਸ਼ਾਰਾ ਕੀਤਾ ਪਰਦਾਦਾਰ ਤੁਰ ਗਏ ਪੰਜਾਂ ਮਿੰਟਾਂ ਤੋਂ ਬਾਅਦ ਪਰਦਾਦਾਰ ਵਾਲੇ ਸਾਰੀਆਂ ਬੀਬੀਆਂ ਤੋਹਫੇ ਚ ਆਏ ਹੋਏ ਉਹ ਬਾਬਾ ਦਾਈ ਨੇ ਚਾਦਰ ਵਿਛਾਈ ਹੈ ਬੀਬੀਆਂ ਤੋਹਫੇ ਰੱਖੀ ਉਹ ਵੱਡੀਆਂ ਇਸਤਾਂ ਵਾਲੀ ਸੈਨ ਤੋਹਫੇ ਇਕੱਠੇ ਕਰਕੇ ਮੇਰੀ ਝੋਲੀ ਚ ਰੱਖੀ ਮੇਰਾ ਮੂੰਹ ਚੁੰਮਕਿਆ ਤੇ ਬੱਚੜਾ ਉਡਵਾਈਏ ਜਦੋਂ ਜ਼ੈਨਬ ਵੱਡੀ ਹੋਈ ਉਹ ਬੱਚੜਾ ਉਡਵਾਈਏ ਜਦੋਂ ਮੈਂ ਬਰਬਾਦ ਹੋ ਗਈ ਆ ਉਹ ਮੇਰਾ ਬੱਚੜਾ ਬਦੀ ਨੇ ਹੋਇਆ ਤੇਰੇ ਅਮਰ ਦਾ ਗੁਲ ਪੈ ਮੰਦੀ ਆ ਅਲਹਮਦੁਲਿਲਾ ਬੜੀ ਬਤੂਲੀਆ ਤੇ ਸਹੀ ਮਜਲੇ ਸੀ ਔਰ ਤੁਹਾਨੂੰ ਆਬਾਦ ਰੱਖ ਜਿਵੇਂ ਮੰਦਰ ਦਿੱਤੀ ਆਓ ਖਜਾਨੇ ਤੇ ਮੁਸਾਫਰ ਹੈ ਸ਼ਾਮ ਜਾਣੇ ਆਵਾਜ਼ਾ ਬਾਬਾ ਉਹ ਇਹਦੇ ਸ਼ਰੀਫ ਲੋਕ ਆਏ ਸਾਰੇ ਪਰਦਾਦਾਰ ਮੈਨੂੰ ਦਰਵਾਜ਼ੇ ਤੱਕ ਪਹੁੰਚਾਉਣ ਆਏ ਉਹ ਬਾਬਾ ਸਾਰੀਆਂ ਬੀਬੀਆਂ ਮੇਰੇ ਮੂੰਹ ਚੁੰਮੇ ਚਾਰ ਸਾਲ ਦੀ ਧੀ ਜਿਹਦਾ ਨਾਂ ਸਕੀਨਾ ਓ ਬਾਬਾ ਮੇਰਾ ਹੱਥ ਨਾ ਕੇ ਮੈਨੂੰ ਆਪਣੇ ਖੈਮੇ ਚ ਗਿਣ ਗਈ ਬਾਬਾ ਮੈਂ ਠਾਈ ਕੀ ਗਾਈ ਤੇ ਚਾਦਰ ਪਈ ਹੋਈ ਆਈ ਬਾਬਾ ਚਾਦਰ ਹਟਾਈਏ ਮੈਂ ਠਾਈ ਛੀ ਮਹੀਨਾ ਲਗਾ ਮੈਂ ਹੋ ਚੁ ਖੁਸ਼ ਕੈ ਮੈਨੂੰ ਨੇ ਕਿਆ ਦੀ ਚਾਚੀ ਹੁਣ ਦੀ ਧੀ ਇੱਕ ਘੁੱਟ ਪਾਣੀ ਦਾ ਬਿਲ ਪੋਵੇਗਾ ਮੇਰੇ ਵੀਰ ਬਚ ਵਈਏ ਵਲ ਭਿਰਾ ਦਾ ਮੂੰਹ ਚੁੱਕਿਆ ਮੇਰਾ ਸਹਰਾ ਹੋਵੇ ਤੁਸੀਂ ਤਸਾ ਮਰੇ ਤੇ
ਆਪਣੇ ਆਪ ਨੂੰ ਆਦਾ ਹੈ ਹੋਰ ਕਿਹਨੇ ਤਲਵਾਰੀ ਉਠਾਣੀ ਹੈ ਦੌੜ ਚੰਦੀ ਰੋਸ਼ਨੀ ਚਗਾਲੀ ਨੇ ਦਿੱਤਾ ਹੋਰ ਨੂੰ ਸੁਝਾਤਾ ਗਾਲੀ ਤਲਵਾਰ ਕੱਢੀ ਆਵਾਜ਼ ਹੁਰ ਮੈਂ ਤੂੰ ਦਿਹਾੜੇ ਦਾ ਲਾਉਂਦਾ ਲੱਗਾ ਜਦੋਂ ਮੇਰੇ ਸਰਦਾਰ ਦੀ ਲਗਾਮ ਪਕੜੀ ਹੋਏ ਤਲਵਾਰ ਕੱਢ ਦੋ ਦੋ ਹੱਥ ਆ ਜਾਵੀ ਇਹਨੂੰ ਗਾਲੀ ਤਲਵਾਰ ਬੁਲੰਦ ਕੀਤੀ ਹੋਰ ਜ਼ਮੀਨ ਤੇ ਬੈਠ ਪਾਕ ਬਤੂਲ ਹੁਸੈਨ ਦੇ ਖੈਮੇ ਜਾ ਗਿਆ ਤੇ ਹੁਸੈਨ ਬਚਾ ਮੇਰੇ ਹੋਰ ਬਚੇ ਨੂੰ ਇਮਾਮ ਦਰਵਾਜ਼ੇ ਤੇ ਆ ਕੇ ਆਵਾਜ਼ ਕਰ ਗਿਆ ਦਿਨ ਗਾਲੀ ਮੇਰਾ ਨਵਾਂ ਮਹਿਮਾਨ ਸੁਭਾਨ ਅੱਲਾਹ ਦਾ ਹੁਕਮ ਬਚ ਗਿਆ ਮੁਕੱਦਰ ਚ ਚਲ ਮੇਰਾ ਇਮਾਮ ਪੇ ਸਰੇ ਤਾਰੀਖ ਦੇ ਦਾਵੇ ਇਮਾਮ ਸੱਤ ਕਦਮ ਤੁਰੇ ਇਮਾਮ ਨੂੰ ਦੇ ਕਿ ਹੁਣ ਨੇ ਦੌੜ ਕੇ ਕਦਮਾਂ ਤੇ ਢਾਣ ਦਾ ਇਰਾਦਾ ਕੀ ਤੇਰੇ ਪੀਰ ਨੇ ਪੱਕੜ ਕੇ ਸੀਨੇ ਨਾਲ ਲਾਉਣ ਦਾ ਇਰਾਦਾ ਕੀ ਸਯਦਾ ਦਾ ਹੁਣ ਕਿਉਂ ਆਏ ਹੱਥ ਬੰਨ ਕੇ ਆ ਲੈ ਮੌਲਾ ਮਾਫੀਆ ਮੰਗਣ ਸਯਦ ਠੱਡਾ ਖਾ ਲੈ ਗਿਆ ਤੇ ਹੁਣ ਬਰਬਾਦ ਕਰਕੇ ਮਾਫੀਆ ਮੰਗਣ ਉਜਾਰ ਕੇ ਮਾਫੀਆ ਮੰਗਣ ਤੂੰ ਮੇਰੀ ਲਗਾਮ ਨਾ ਪਕੜਿਆ ਮੈਂ ਭੈਣੀ ਨੂੰ ਲਾਲਾ ਕੇ ਹਿੰਦੁਸਤਾਨ ਲਗਵਾਇਆ ਇਮਾਮ ਘੰਟਾ ਹੁਣ ਨੂੰ ਕੋਲ ਬਹਾਇਆ ਸਯਦਾ ਦਾ ਹੁਣ ਤੂੰ ਜਾ ਤੇ ਅੱਜ ਜਹਾਨੀ ਦੀ ਰਾਤ ਮਥੈ ਦੇ ਖੈਮੇ ਗੁਜ਼ਾਰਨੀ ਮੈਂ ਇਬਾਦਤ ਕਰਨੀ ਹੈ ਭੈਣ ਮੇਰੇ ਚਿਹਰੇ ਤੋਂ ਦੇਖ ਇਮਾਮ ਦਾ ਚਿਹਰਾ ਦੇਖਣ ਦੀ ਇਬਾਦਤ ਹੁਣ ਟੁਰੇ ਆਦੇ ਗਾਲੀ ਮੌਲਾ ਮੇਰਾ ਦਿਲ ਆਈ ਮੈਂ ਰਾਤ ਇਮਾਮ ਦੇ ਕਰਮਾਂ ਚਰਾਵਾ ਗਾਲੀ ਨੇ ਹੋਰ ਦੇ ਮੋਢੇ ਤੇ ਹੱਥ ਰੱਖਾ ਹੈ ਗਾਲੀ ਆਦਾ ਇੰਨਾ ਭੈਣ ਫਿਰਾ ਹੁਰਾ ਵੋ ਯੱਤੇ ਰਾਤ ਹੀ ਬਾਲਾ ਨਾਲ ਪਈ ਬੁਹਾਰੀਆਂ ਦੇਂਦੀ ਆਈ ਮੈਂ ਕਿਹਾ ਤੂੰ ਕੌਣ ਏ
ਮਾਪੂ ਜਲਦੀ ਨਾਲ ਉੱਠੀ ਕਿਨੇ ਉਤਰੀ ਹੈ ਕਿਉਂ ਬਾਬਾ ਮਾਂ ਫਰਮਾਉਂਦੇ ਨੇ ਮੇਰਾ ਬੱਚੜਾ ਤੂੰ ਇਮਾਮ ਦੀ ਦੀਨ ਪਾ ਅੱਜ ਮੈਂ ਤੇ ਰਾਸ ਖੋਲਾ ਮੈਂ ਨਾਨੇ ਦਾ ਦੀਨ ਬਚਾਣਾ ਕੱਲ ਤੇਰੇ ਅਕਬਰੀ ਮਾਰੇ ਹੋਏ ਗਾਜ਼ੀ ਮਾਰੇ ਹੋਏ ਮੇਰੀ ਗਰਦਨ ਤੇ ਖੁੰਡੇ ਖੰਜਰ ਦੇ ਦਰਮਾ ਚੱਲ ਵਈ ਹੈ ਤੁਸਾਂ ਤੈ ਦੋ ਕੇ ਸ਼ਾਮ ਬਣੋ ਅੱਜ ਤਾਂ ਹੋਈ ਦੀ ਰਾਤ ਮੇਰੇ ਨਾਲ ਵਾਦਾ ਕਰ ਕਿ ਨਾ ਫੁੱਟੀਆਂ ਨੂੰ ਤੰਗ ਕਰੇ ਨਾ ਮਾਰਾ ਨੂੰ ਤੰਗ ਕਰੇ ਮੇਰਾ ਪੁੱਤਰ ਮਿੱਟੀ ਹੱਥੇ ਸਮਝੀ ਨਹੀਂ ਅਵਾਲੇ ਬਾਬਾ ਮੈਂ ਮਿੱਟੀ ਤੇ ਕਦੇ ਨਹੀਂ ਸੁੱਤੀ ਮੈਨੂੰ ਆਪਣੇ ਹੱਥਾਂ ਨਾਲ ਸਮਾਓ ਮੈਂ ਵਾਦਾ ਕਰਦੀਆਂ ਸ਼ਾਮ ਦੇ ਜ਼ਿੰਦਾ ਨਹੀਂ ਮਿੱਟੀ ਹੱਥੇ ਸਮਝਾ ਓਏ ਔਲਾਦ ਆਲਿਓ ਇਮਾਮ ਨੇ ਦੀਵੇ ਵਾਲੇ ਮਿੱਟੀ ਪਾਈ ਜਿਵੇਂ ਯਤੀਮਾਂ ਨੂੰ ਸਮਝਦਾ ਹੈ ਇਮਾਮ ਦੀਨ ਨੂੰ ਸਵਾਲ ਕੇ ਇਹ ਬਾਹਰ ਗਰਦਨ ਥੱਲੇ ਦੇ ਕੇ ਸੁੱਕੀ ਹੋਈ ਦੀਨ ਦਾ ਮੂੰਹ ਚੁੱਕ ਕੇ ਫਰਮਾਇਆ ਸ਼ਾਮ ਦੇ ਜ਼ਿੰਦਾਨਾ ਤੱਕ ਕਿਵੇਂ ਮਿੱਟੀ ਹੱਥੇ ਸਮਝਦਾ ਦੀ ਮਿੱਟੀ ਤੇ ਸਮਾ ਕੇ ਇਮਾਮ ਭੈਣ ਨੂੰ ਨਾਲ ਆ ਕੇ ਅਗਰ ਤੁਰੇ ਆਖਰੀ ਖਾਨਾ ਹੈ ਕਾਫਿਰ ਦੀ ਅਮਰੀ ਦਾ ਉਹਨੇ ਕਰੋ ਆਪਣੇ ਜਾਨ ਕਰ ਦੁਆਈ ਮੰਗੀ ਕਰ ਮੌਲਾ ਜੋੜੀ ਦੀ ਹਯਾਤੀ ਕਰੇ ਬਾਣੀ ਮਜਲਿਸ ਬੱਚਿਆਂ ਨੂੰ ਤੋ ਆਖਰੀ ਖਾਨਾ ਹੈ ਕਾਫਿਰ ਦੀ ਅਮਰੀ ਦਾ ਕਾਫਿਰ ਨੂੰ ਸਾਹਮਣੇ ਲਿਖ ਖੜੋਤੀ ਹੈ ਯਾਨੀ ਸ਼ਾਹਜ਼ਾਦਾ ਮੈਂ 14 ਸਾਲ ਇਸ ਇੰਤਜ਼ਾਰ ਗੁਜ਼ਾਰੇ ਤੇਰੇ ਖੂਨ ਇਤਬਾਰ ਬਣਿਆ ਮੈਂ ਹੁਸੈਨ ਤੂੰ ਸਿਰ ਬੰਨੂ ਹੋਵਾਂ ਸੇਰੇ ਬੱਧੀ ਖੜੋਤਾ ਹੈ ਬਤਾ ਇਸ ਸੇਰਾਂ ਦੇ ਖਿਆਲ ਵਿੱਚ ਤੇਰਾ ਕੁਰਬਾਨੀ ਦਿਲ ਹਟ ਜਾ ਮੈਂ ਬੇਗਾਨੀ ਤੋਂ ਦੀਆਂ ਬਹੁਤ ਸ਼ਰਮ ਸਾਹ ਉਸਦਾ ਤੇਰੇ ਬਾਬੇ ਨਾਲ ਮੇਰਾ ਵਾਦਾ ਹੈ ਮੈਨੂੰ 4 ਪੁੱਤਰਾਂ ਦੀ ਕਸਮ ਹੈ ਸ਼ਾਹਜ਼ਾਦੇ ਨੇ ਤਲਵਾਰ ਕੱਢੀ ਹੈ ਦਿਖਾਣਾ ਤੂੰ ਮਾਂ ਦੀ ਜਿੱਤ 7 ਚੱਕਰ ਮਾਰੇ 7 ਚੱਕਰ ਮਾਰ ਕੇ ਲੂਹੇ ਹੱਥ ਮਾਂ ਦੇ ਚਿੱਟੇ ਬਾਲਾਂ ਤੇ ਲੱਗਿਆ ਦੇ ਅੰਮਾ ਮੈਨੂੰ ਤੇਰੇ ਚਿੱਟੇ ਬਾਲਾਂ ਦੀ ਕਸਮ ਹੈ ਕੱਲ 10ਵੀਂ ਦੇ ਦਿਨ ਕਰਬਲਾ ਦੀ ਨਗਰੀ ਮੈਂ ਤੇਰੀ ਉਹ ਕੁਰਬਾਨੀ ਪੈਣੀ ਹੈ ਜੋ ਯਾਰੀ ਦੇ ਦਿਨ ਫਰਦਾਦਾਰ ਮਤ ਸਰਗਾਹ ਵਿੱਚ ਆਉਣਾ ਹੈ ਸਾਰੀਆਂ ਬੀਬੀਆਂ ਨੂੰ ਲੱਖਾਂ ਦਾ ਵਿਜਨ ਤੇ ਮਿਲਾਵਟ ਕੀ ਨਹੀਂ ਦੇਵਾਂ ਸੈਯਦਾ ਫਰਦਾ ਮਹਿਮਾਨ ਐਨੇ ਸੈਯਦ ਐਨੇ ਮਹਿਮਾਨ ਮੈਂ ਇਹ ਪੁੱਛਦਾ ਜਿਹੜਾ 10ਵੀਂ ਦੀ ਰਾਤ ਸ਼ਾਹਜ਼ਾਦੇ ਮਾਂ ਨਾਲ ਵਾਦਾ ਕੀਤਾ ਹੈ ਪੂਰਾ ਹੋਇਆ ਮੈਂ ਦਾਸ ਤੇ ਸ਼ਾਹਜ਼ਾਦੇ ਵੱਧ ਕਰ ਦਿਖਾਈ ਮੈਂ ਜ਼ਿਆਦਾ ਦੇਰ ਨਾ ਕਰਾਂ ਮੈਂ ਦੁਆਈ ਪੜ੍ਹਨੀ ਪਹਿਲੀ ਦਫ਼ਾ ਮੇਰੀ ਤਵੱਜਤ ਪੜ੍ਹਨਾ ਪੈਣੀ ਵਾਦਾ ਪੂਰਾ ਹੋਇਆ ਬਲਕਿ ਮੈਂ ਦਾਸ ਤੇ ਕਾਫੀ ਵੱਧ ਕਰ ਦਿਖਾਈ ਕਾਫੀ ਦੀਨ ਤੂੰ ਖੜਿਆ ਮੈਂ ਵਾਦਾ ਪੂਰਾ ਹੁੰਦਾ ਦਿਖਾਵਾਂ ਕਾਫੀ ਦੀਨ ਤੂੰ ਖੜਿਆ ਹੁਸੈਨ ਤੂੰ ਕੁਰਸੀ ਸੁੱਤੀ ਹਾਏ ਹਾਏ ਇੱਕ ਪਰਦਾਦਾਰ ਤੂੰ ਕਨਾ ਹਵਾਲ ਹਾਏ ਉਹ ਮੇਰਾ ਸੋਹਣਾ ਬੱਚਾ ਮੇਰੀ ਜ਼ਬਾਨ ਸਰਫ ਹੋਵੇ ਜਿਹੜੇ ਸ਼ਾਦਾ ਦਾ ਘਣਾ ਹੈ ਉੱਭੇ ਦੇ ਘੋੜੇ ਲੰਬੇ ਤੇ ਦੌੜ ਤੇਰੇ ਬੱਚੇ ਨੂੰ ਬੁਖਾਰ ਆਵੇ ਤੈਨੂੰ ਮਿਲ ਰਹੀ ਨਾ ਹੁਸੈਨ ਦੀ ਔਲਾਦ ਘੋੜਾ ਤਲੇ ਆ ਕੇ ਮਾਰੀ ਜਾਏ ਤੈਨੂੰ ਦਰਦ ਹੀ ਨਾ ਆਵੇ ਇਹੋ ਤੇਰਾ ਦੀਨ ਇਹੋ ਇਨਸਾਫ ਉਭਾਰ ਦੇ ਘੋੜੇ ਦਿਲਹਾਰ ਦੇ ਦੌੜੇ ਦਿਲਹਾਰ ਦੇ ਘੋੜੇ ਉਭਾਰ ਦੇ ਦੌੜੇ ਤਾਈ ਤੇ ਦੇ ਚਿੱਟੇ ਵਾਲਾ ਵਾਲੀ ਮਾਂ ਆਧੀ ਆਈ ਮਤ ਸਤਿ ਕਰਨਾ ਉਹਨੇ ਘੋੜਾ ਨੂੰ ਜਿਹਨਾਂ ਨੂੰ ਨਾਲਾ ਲੱਗੀ ਦੋ ਹੁਣ ਮੈਂ ਕੀ ਪੜਾ ਮੈਂ ਇਨਸਾਨ ਨਹੀਂ ਮੇਰੀ ਜਵਾਨ ਔਲਾਦ ਨਹੀਂ ਜੇ ਲਵਾਦ ਹੈ ਨਾ ਚਾਚਾ ਜਿਵੇਂ ਬਾਗ ਮਾਰ ਕੇ ਰਹਿੰਦਾ ਹੈ ਹੁਸੈਨ ਕਿਵੇਂ ਸੁਧਰਤ ਹੈ ਇਮਾਮ ਨੇ ਲਿਖਿਆ ਹੈ ਘੋੜੇ ਭੱਜਦੇ ਪਏ ਸਹੀ ਸੱਜੇ ਪਾਸੇ ਆਵਾਜ਼ ਕਰਕੇ ਆ ਰਹੇ ਕਾਫਿਰ ਕੋਈ ਜਵਾਬ ਨਹੀਂ ਦੇ ਦੁਬਾਰਾ ਖੱਬੇ ਪਾਸੇ ਆਵਾਜ਼ ਕਰਕੇ ਆ ਰਹੇ ਬੇਲਾ ਮਾਰ ਦਾ ਸਹਾਰਾ ਹੈ ਹਾਂ ਫਿਰ ਵੀ ਕੋਈ ਜਵਾਬ ਨਹੀਂ ਦੇ ਜੀ ਡਾੜੀ ਵਾਲੇ ਆ ਜਿਹੜੇ ਤੀਸਰੀ ਦਫ਼ਾ ਇਮਾਮ ਦੇ ਜ਼ੋਰ ਤੋਂ ਹੱਥ ਫੁੱਟ ਗਏ ਇਮਾਮ ਆਵਾਜ਼ ਕਰਕੇ ਫਰਮਾਇਆ ਕਾਫਿਰ ਮੈਂ ਚਾਚਾ ਨਹੀਂ ਬਲਕਿ ਇਮਾਮ ਹੋ ਕੇ ਤੈਨੂੰ ਹੁਕਮ ਦੇਣਾ ਜੇ ਹਾਲਤ ਵਿੱਚ ਜਵਾਬ ਨਹੀਂ ਮੈਨੂੰ ਤੂੰ ਅਲਮ ਦੀ ਕਸਮ ਹੈ ਜੇ ਇਮਾਮ ਆ ਕੇ ਤੈਨੂੰ ਇਮਾਮ ਹੋ ਕੇ ਹੁਕਮ ਦੇਣਾ ਕਾਸਿਮ ਦੇ ਤੂੰ ਲਾਹ ਦੇ ਟੁਕੜੇ ਚਾਰ ਚਾਰ ਕਰ ਕਰੀ ਜਾ ਆਵਾਜ਼ ਆਉਂਦਾ ਚਾਚਾ ਹੋ ਰਿਹਾ ਇਮਾਮ ਚੋਟ ਦੇ ਵਾਲੇ ਇਮਾਮ ਨੇ ਆ ਕੇ ਕਿਹਾ ਦਿੱਤਾ ਹਸਨੀ ਗੁੰਦੇ ਬਰਗ ਖਿੰਦੇ ਕੋਈ ਪਤੀ ਕਿੱਥੇ ਪਈ
ਕੋਈ ਕਲੀ ਕਿਤ ਪਈ ਕੋਈ ਘੋੜੇ ਨਾ ਜਰ ਘਰ ਰੋਣ ਆਇਆ ਦੇਖੋ ਮੈਨੂੰ ਇਮਾਮ ਨੇ ਆ ਕੇ ਚਾਦਰ ਉਠਾਈ ਦੂਰੋਂ ਦੂਰੋਂ ਟੁਕੜੇ ਜਲਾ ਦਿੱਤੇ ਪੱਥਰ ਦਾ ਨਹੀਂ ਜਵਾਬ ਨਹੀਂ ਇਨਸਾਨ ਦੀ ਗੱਲ ਦਾ ਨਹੀਂ ਜਵਾਬ ਇਮਾਮ ਨੇ ਟੁਕੜੇ ਜਮਾ ਕੀਤੇ ਚੜ ਬੜਾਈ ਘਰ ਬੜਾ ਕੇ ਲਾਲਾ ਕਿ ਸੋਇ ਆਪੇ ਆਪੂਆ ਦਾ ਹੁਸੈਨ ਨੇ ਕਿਲ ਕਿਨ ਵੇਚ ਅਗਰ ਖੈਰੋ ਦਾ ਜੀਰੋ ਤੇ ਕੋਈ ਪਰਦਾ ਦਾ ਅਮਰ ਇਮਾਮ ਨੇ ਆ ਕੇ ਚਿੱਟੀ ਦਾੜੀ ਆ ਲਿਓ ਰੋਣ ਤੇ ਜਦ ਬੱਚਾ ਕਰ ਦੁਹਾਈ ਮੁੰਡੋ ਇਮਾਮ ਨੇ ਚਾਦਰ ਛੱਡੀ ਖਾਲੀ ਚਾਦਰ ਮੁਰੇ ਤੇ ਛੱਡੀ ਸਯਦ ਖਿਆਲ ਨੂੰ ਖੈਰ ਫਤਿਹ ਕਨਾਰ ਦੀ ਜੁਮਾ ਕਾ ਤੇ ਮੇਰੇ ਦਿੱਤਾ ਜਿਨਾ ਮੇਲੇ ਨੇ ਬਿਲਾਲੀ ਦਾ ਮੋਟਾ ਘਰ ਹੈ ਜੀ ਜੀ ਮੈਂ ਉਜੜ ਗਈ ਤੇਰਾ ਵੀਰ ਖਾਲੀ ਪਿਆ ਵੇ ਹਵੇਂ ਤਾਂ ਮੇਰਾ ਕਾਸਿਮ ਛੋੜ ਗਿਆ ਓਏ ਔਲਾਦ ਵਾਲਿਆ ਹੁਣ ਵੀ ਕਰੋ ਆਪਣੇ ਜਵਾਨੇ ਸਾਹ ਦੁਆਈ ਮੰਗੀ ਕਰੋ ਦੀਨੀਏ ਗੱਲ ਕੋਈ ਕਰਦੀ ਆਈ ਹੈ ਇਮਾਮ ਦਾ ਕਦਮ ਮੇਰਾ ਹੈ ਦੇਖੋ ਮੈਨੂੰ ਮੈਂ ਤੁਹਾਨੂੰ ਮੰਜ਼ਰ ਦਿਖਾਵਾਂ ਬੀਬੀ ਨੇ ਹਰ ਬਦਲ ਮੌਲਾ ਮੇਰਾ ਕਾਸਿਮ ਛੋੜ ਗਿਆ ਆਵਾਜ਼ ਹੈ ਕੁਛ ਤੇਰਾ ਕਾਸਿਮ ਛੋੜਨ ਵਾਲਾ ਵਧੀਆ ਕੁਰਬਾਨੀਆਂ ਦਿੱਤੀਆਂ ਬੀਬੀ ਹੱਥ ਮੰਗ ਕੇ ਆ ਗਈ ਸਰਕਾਰ ਸਾਰੀ ਅੱਲਾ ਸਾਹਿਬ ਨਹੀਂ ਮੇਰੇ ਬੱਚੇ ਨੂੰ ਕਿਉਂ ਨਹੀਂ ਵਾਰਦਾ ਮੈਂ ਵੀ ਵਾਰ ਲੰਗਾ ਇਮਾਮ ਚੁੱਪ ਕਰ ਗਏ ਬੀਬੀ ਸਮਝ ਗਈ ਲੇਕਿਨ ਮੈਂ ਹੁਸੈਨ ਨੂੰ ਆਖ ਖੈਮੇ ਚ ਲਗਾਉਣ ਫਿਰ ਆਖ
ਤਿਆਗ ਕਰ ਦੇ ਇਮਾਮ ਆਜਾ ਨਹੀਂ ਮੇਰੀ ਧੀ ਨੂੰ ਲਿਆ ਮੈਂ ਵੀ ਪਰਚਾਵਾ ਔਲਾਦ ਵਾਲੀ ਉਹ ਫਿਰਾ ਖਤੇ ਦਾ ਪਰਦਾ ਹਟਾਵੇ ਪਿਆ ਦੇ ਕਿ ਕੁਬਰਾ ਜ਼ਮੀਨ ਦਲੀ ਕੇ ਪੈਮਾਨ ਆਵਾਜ਼ਾ ਕੁਬਰਾ ਬਾਬਾ ਬੈਠੇ ਨੇ ਉਹ ਮੈਨੂੰ ਅੱਲਾ ਦੀ ਕਸਮ ਦੇ ਸ਼ਾਦਾ ਦੀ ਤਰੀਅਤ ਤੇ ਕਿ ਉੱਠੀ ਹੈ ਫਿਰਾ ਪਿੰਕਿਆ ਦੀ ਕੁਬਰਾ ਨਜ਼ਈ ਦੇ ਨਬੀ ਮਾਰੇ ਤਰੀਅਤ ਤੇ ਕਿ ਉੱਠੀ ਆਵਾਜ਼ਾ
ਮੁਸਲਮਾਨਾ ਅਲੀ ਦੀ ਦੀਨ ਵੇਦਾ ਉਡਾੜਾ ਜੇ ਲੈ ਕੈਦ ਨਿਭਾ ਕੇ ਬੱਲੀਏ ਸਕੇ ਵਿਆਹ ਵੀ ਨਹੀਂ ਸੁਜਾਤਾ ਤੇ ਵਾਰਿਸ ਹੀ ਨਹੀਂ ਹੋ ਗਏ ਮਾਤਲਾ ਦੇ ਦਿਨ ਮੁਸਲਮਾਨ